ਤੇਰਾ ਨਾਮ? ਮੇਰਾ ਨਾਮ ਸ਼ੀਤਲ ਹੈ, ਮੈਂ ਬਠਿੰਡੇ ਤੋਂ ਬਿਲੋਂਗ ਕਰਦੀ ਹਾਂ। 4 ਸਾਲ ਹੋ ਗਏ ਮੈਨੂੰ ਇੱਥੇ ਮਕੈਨੀਕਲ ਦੀ ਸਟੱਡੀ ਕਰਦੇ ਹੋ, ਬਟ ਇਹਨਾਂ ਨੇ ਕੁਛ ਵੀ ਸਲਿਊਸ਼ਨ ਨਹੀਂ ਕੱਢਿਆ। 4 ਸਾਲ ਹੋ ਗਏ ਕਹਿ ਰਿਹਾ, ਮੈਕਸੀਮਮ ਸਾਨੂੰ 2 ਸਾਲ ਹੋ ਗਏ ਸੁਣਦੇ ਨੂੰ, ਕਾਲਜ ਬੰਦ ਹੋ ਜਾਏਗਾ, ਕਾਲਜ ਬੰਦ ਹੋ ਜਾਏਗਾ। ਲੇਕਿਨ ਅੱਜ ਇਹਨਾਂ ਨੇ ਕਹਿ ਹੀ ਦਿੱਤਾ ਕਿ ਸਾਨੂੰ ਨਹੀਂ ਪਤਾ ਤੁਹਾਨੂੰ ਕਿੱਥੇ ਸ਼ਿਫਟ ਕਰਾਂਗੇ। ਸਾਡੇ ਮਾਂ ਬਾਪ ਪੁੱਛਦੇ ਨੇ ਕੀ ਹੋਏਗਾ ਕੀ ਨਹੀਂ, ਸਾਨੂੰ ਕੁਛ ਵੀ ਨਹੀਂ ਪਤਾ, ਅਸੀਂ ਕੁਛ ਵੀ ਨਹੀਂ ਕਹਿ ਸਕਦੇ। ਇਹਨਾਂ ਸਿਰਫ ਜਸ ਇੱਦਾਂ ਕਹਿਤਾ ਸਾਨੂੰ ਕੁਛ ਨਹੀਂ ਪਤਾ, ਅਸੀਂ ਕਿਹਨੂੰ ਪੁੱਛੀਏ, ਕਿਹਨੂੰ ਪੁੱਛੀਏ? ਅੱਜ ਅਸੀਂ ਇਹ ਕੁਛ ਕਰਿਆ ਲੇਕਿਨ ਸਾਨੂੰ ਪਤਾ ਫਿਰ ਵੀ ਸਲਿਊਸ਼ਨ ਨਹੀਂ ਮਿਲਣਾ। ਸਾਡੇ ਮਾਂ ਬਾਪ ਕਹਿੰਦੇ ਨੇ ਕਿਉਂ ਅਸੀਂ 4 ਸਾਲ ਇੱਥੇ ਲਾਏ ਆ, ਪੈਸੇ ਭਰੇ ਆ, ਇੰਨੀ ਵੀ ਨਹੀਂ। ਮੈਂ ਬਹੁਤ ਰਿਚ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੀ, ਮੇਰੇ ਪਾਪਾ ਲੇਬਰ ਨੇ, ਮਜ਼ਦੂਰੀ ਕਰਦੇ ਨੇ, ਕਿੱਥੋਂ ਲੈ ਕੇ ਆਣਗੇ ਪੈਸੇ? ਜੇ ਕਿਤੇ ਹੋਰ ਸ਼ਿਫਟ ਕਰਦਾ ਆਉਣ ਜਾਣ 'ਚ ਬਹੁਤ ਪ੍ਰੋਬਲਮ। ਤੁਸੀਂ ਅੱਜ ਜਿਹੜਾ ਰੋਡ ਜਾਮ ਕਰਿਆ ਇਹ ਕਿੰਨੇ ਟਾਈਮ ਲਈ ਕੀਤਾ ਸੀ ਤੇ ਅੱਗੇ ਕੀ ਕਹਿਣਾ ਚਾਹੁੰਦੇ ਸੀ? ਸਰ ਫਿਲਹਾਲ ਤਾਂ ਅਸੀਂ ਪਬਲਿਕ ਨੂੰ ਡਿਸਟਰਬ ਨਹੀਂ ਕਰਨਾ, ਅੱਜ ਤਾਂ 10 ਮਿੰਟ ਲਈ ਕੀਤਾ। ਜੇ ਸਾਡੀ ਮੰਗ ਪੂਰੀ ਨਹੀਂ ਹੋਈ ਮੇ ਵੀ ਕੰਟੀਨਿਊ ਰਹੇਗਾ। ਪਹਿਲੇ ਪਤਾ ਟੀਚਰਸ ਕੋ ਕਾਫੀ 3 ਸਾਲ ਸੇ ਸੈਲਰੀ ਨਹੀਂ ਦੀ ਗਈ ਥੀ, ਟੀਚਰਸ ਨੇ ਕਾਫੀ ਪ੍ਰੋਟੈਸਟ ਕੀਆ ਥਾ, ਤੋ ਹਮ ਲੋਗੋ ਕੀ ਸਟੱਡੀ ਰੁਕੀ ਹੋਈ ਥੀ। ਔਰ ਅਭੀ ਪੰਜਾਬ ਗਵਰਨਮੈਂਟ ਉਨ ਲੋਗੋ ਕੋ ਸੈਲਰੀ ਦੇਣੇ ਕੀ ਵਜਹ ਹਮ ਲੋਗੋ ਕੋ ਕਾਲਜ ਬੰਦ ਕਰਨੇ ਕੇ ਲਿਏ, ਉਸਮੇ ਸੇ ਹਮਾਰਾ ਫਿਊਚਰ ਖਰਾਬ ਹੋ ਰਹਾ ਹੈ। ਔਰ ਕੁਛ ਹਮ ਫਾਈਨਲ ਈਅਰ ਕੇ ਸਟੂਡੈਂਟਸ ਨੇ ਇੰਟਰਨਸ਼ਿਪ ਕੇ ਲਈ ਅਪਲਾਈ ਕੀਆ ਹੋਇਆ, ਕੁਛ ਲੋਗੋ ਕੀ ਪਲੇਸਮੈਂਟ ਵੀ ਹੋ ਗਈ ਹੈ। ਤੋ ਇਸ ਤਰੀਕੇ ਸੇ ਤੋ ਅਗਰ ਕਾਲਜ ਬੰਦ ਹੋਗਾ ਤੋ ਹਮ ਲੋਗੋ ਕੀ ਇੰਟਰਨਸ਼ਿਪ ਵੀ ਕੈਂਸਲ ਹੋ ਜਾਏਗੀ, ਉਹ ਲੋਗ ਪਲੇਸਮੈਂਟ ਵਗੈਰਾ ਵੀ ਕੈਂਸਲ ਕਰ ਦੇਣਗੇ। ਇਸ ਲਈ ਹਮ ਚਾਹਤੇ ਕਿ ਪੰਜਾਬ ਗਵਰਨਮੈਂਟ ਹਮਾਰਾ ਕਾਲਜ ਉਸੀ ਤਰੀਕੇ ਸੇ ਰੱਖੇ ਜੈਸੇ ਅਭੀ ਤੱਕ ਚੱਲ ਰਹਾ ਹੈ, ਔਰ ਉਸਕੇ ਲਈ ਕੋਈ ਸੋਲਿਊਸ਼ਨ ਦੇ, ਕਿਉਂਕਿ ਕਾਲਜ ਕੋ ਕੈਸੇ ਚਲਾਨਾ, ਨਾ ਕਿ ਬੰਦ ਕਰਨਾ ਕੋਈ ਸੋਲਿਊਸ਼ਨ ਨਹੀਂ ਹੋ ਸਕਤਾ ਹੈ। ਔਰ ਯਹਾਂ ਪੇ ਕਾਫੀ ਸਾਰੇ ਬੱਚੇ ਲੋਕਲ ਵੀ ਹੈ ਜਿਨਕੀ ਫੀਸ ਬਹੁਤ ਕਮ ਹੈ, ਤੋ ਕਹੀਂ ਮਾਈਗ੍ਰੇਟ ਹੋਗੇ ਤੋ ਉਨ ਲੋਗ ਕੋ ਵੀ ਪ੍ਰੋਬਲਮ ਹੋਗੀ ਵਹਾਂ ਪੇ ਰਹਿਨੇ ਮੇਂ, ਔਰ ਕੁਛ ਕਾਫੀ ਮਤਲਬ ਪੂਅਰ ਫੈਮਿਲੀ ਸੇ ਹੈ, ਐਟਲੀਸਟ ਯਹਾਂ ਪੇ ਪੜ੍ਹ ਤੋ ਪਾ ਰਹੇ, ਵਹਾਂ ਜਾ ਕੇ ਉਨਕੀ ਪੜ੍ਹਾਈ ਵਗੈਰਾ ਵੀ ਹੋਣੀ ਮੁਸ਼ਕਿਲ ਹੈ। ਆਪ ਕਹਾਂ ਕਹਾਂ ਸੇ ਆਏ ਹੋ? ਹਮ ਯੂਪੀ ਸੇ ਹੈ, ਔਰ ਇਨਫੈਕਟ ਯਹਾਂ ਪੇ 80% ਬੱਚੇ ਯੂਪੀ ਔਰ ਬਿਹਾਰ ਸੇ ਹੈ। ਆਗੇ ਆਪਕੋ ਕਹਾਂ ਭੇਜਣਾ ਚਾਹਤੇ ਹੈ? ਜੋ ਬੋਲਾ ਹੈ ਕਿ ਮਤਲਬ ਕਿਸੇ ਵੀ ਕਾਲਜ ਮੇਂ, ਆਪਣੀ ਯੂਨੀਵਰਸਿਟੀ ਕੀ ਕਿਸੇ ਵੀ ਕਾਲਜ ਮੇਂ ਚਲੇ ਜਾਓ, ਲੇਕਿਨ ਜੋ ਵੀ ਇਹ ਕਾਲਜ ਤੋਂ ਯਹਾਂ ਸੇ ਦੂਰ ਹੈ, ਹਮ ਲੋਗ ਕੋ ਮਾਈਗ੍ਰੇਟ ਹੋਣਾ ਪੜੇਗਾ, ਔਰ ਕਾਫੀ ਲੋਕਲਸ ਕੋ ਵੀ ਪ੍ਰੋਬਲਮ ਹੋਗੀ ਇਸ ਤਰੀਕੇ ਸੇ ਮਾਈਗ੍ਰੇਟ ਹੋਣੇ ਮੇਂ। ਜੋ ਆਜ ਕਾ ਮੈਂ ਤੋ ਯਹਾਂ ਸੇ ਦਿੱਕਤ ਹੋਗੀ। ਕਿਆ ਨਾਮ ਹੈ? ਸਰ ਮੇਰਾ ਨਾਮ ਰਿਤਿਕ ਕੁਮਾਰ ਰਾਓ ਹੈ, ਮੈਂ ਫਾਈਨਲ ਈਅਰ ਬੀਟੈਕ ਦਾ ਸਟੂਡੈਂਟ ਹੂੰ, ਬਾਬਾ ਹੀਰਾ ਸਿੰਘ ਭੱਟਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ। ਅੱਜ ਹਮ ਲੋਗ ਸਭੀ ਯਹਾਂ ਪੇ ਧਰਨਾ ਦੇ ਰਹੇ ਹੈ, ਕਿਉਂਕਿ ਆਜ ਹਮਾਰੇ ਕਾਲਜ ਕੇ ਸਾਈਟ ਮੇਂ ਇਹ ਨੋਟਿਸ ਆਇਆ ਹੈ ਕਿ ਹਮਾਰਾ ਕਾਲਜ ਜੋ ਹੈ ਵੋ ਬੰਦ ਹੋ ਜਾਏਗਾ, ਔਰ ਯਹਾਂ ਪਰ ਆਈ ਟੀ ਆਈ ਸਟਾਰਟ ਹੋ ਜਾਏਗੀ, ਜੋ ਕਿ ਹਮੇਂ ਮਨਜ਼ੂਰ ਨਹੀਂ ਹੈ ਸਰ, ਕਿਉਂਕਿ ਇਸਕੇ ਬਹੁਤ ਸਾਰੇ ਕਾਰਨ ਹੈ। ਪੁਆਇੰਟ ਨੰਬਰ 1 ਇਹ ਹੈ ਸਰ ਕਿ ਹਮ ਬਿਹਾਰ ਕੇ ਜਿਤਨੇ ਲੜਕੇ ਹੈ ਸਭੀ ਨੇ ਕ੍ਰੈਡਿਟ ਕਾਰਡ ਸਕੀਮ ਸੇ ਲੋਨ ਲਿਆ ਹੋਇਆ ਹੈ, ਔਰ ਉਸ ਲੋਨ ਕੇ ਕਾਰਨ ਵੋ ਜਬ ਕਾਲਜ ਕਾ ਨੇਮ ਹੀ ਖਤਮ ਹੋ ਜਾਏਗਾ ਤੋ ਵੋ ਲੋਨ ਆਟੋਮੈਟਿਕਲੀ ਕੈਂਸਲ ਹੋ ਜਾਏਗਾ। ਔਰ ਜੋ ਨਾਰਮਲ ਲੋਨਸ ਲੀਏ ਹੋਏ ਉਸਕੇ ਲਈ ਵੀ ਮੈਨੇਜਰਸ ਨੇ ਬੋਲਾ ਹੈ ਕਿ ਜਬ ਯੇ ਕਾਲਜ ਹੀ ਨਹੀਂ ਰਹੇਗਾ ਤੋ ਵੋ ਲੋਨ ਦੇਣੇ ਕੇ ਲਈ ਜੋ ਸੈਂਕਸ਼ਨਡ ਹੋ ਚੁੱਕਾ ਹੈ ਉਸੇ ਡਿਨਾਈ ਕਰ ਰਹੇ ਹੈ। ਔਰ ਸਰ ਜੋ JNK ਮਾਈਗ੍ਰੇਸ਼ਨ ਜੋ ਸਟੂਡੈਂਟਸ ਆਏ ਹੋਏ ਯਹਾਂ ਪਰ ਉਨਕਾ ਇਹ ਹੈ ਕਿ ਉਹਨੇ AICTE ਕੇ ਤਰਫ ਸੇ ਸਾਲਾਨਾ ਕੁਛ ਸਕਾਲਰਸ਼ਿਪ ਮਿਲਤਾ ਹੈ, ਤੋ ਜਬ ਵੋ ਇਸ ਕਾਲਜ ਕੇ ਨਾਮ ਪਰ ਦੇਤੇ ਹੈ, ਜਬ ਕਾਲਜ ਹੀ ਬੰਦ ਹੋ ਜਾਏਗਾ ਤੋ ਵੋ ਸਕਾਲਰਸ਼ਿਪ ਨਹੀਂ ਮਿਲੇਗਾ। ਐਸਾ ਇਸ ਲਈ ਮੈਂ ਕਹਿ ਰਹਾ ਹੂੰ ਕਿਉਂਕਿ ਸਰ ਇੱਕ ਵਾਰ ਵਹੀ ਲੜਕਾ ਮੋਹਿਤ ਹਮਾਰੇ ਬ੍ਰਾਂਚ ਕਾ ਲੜਕਾ ਹੈ, ਹਮਾਰੇ ਕਲਾਸ ਕਾ ਬੈਚ ਕਾ ਲੜਕਾ ਹੈ, ਤੋ ਉਸਨੇ ਜਬ ਆਪਣੇ ਬ੍ਰਾਂਚ ਟ੍ਰਾਂਸਫਰ ਕਰਾਇਆ ਥਾ ਤੋ ਉਸੇ ਇਸ ਸਕਾਲਰਸ਼ਿਪ ਮਿਲਨੇ ਮੇਂ ਬਹੁਤ ਸਾਰੀ ਦਿੱਕਤ ਆ ਰਹੀ ਥੀ AICTE ਕੇ ਤਰਫ ਸੇ। ਔਰ ਸਰ ਲਾਸਟ ਕਾ ਇੱਕ ਔਰ ਰੀਜ਼ਨ ਇਹ ਹੈ ਸਰ ਕਿ ਅਭੀ ਹਮਾਰਾ ਸੈਸ਼ਨ ਕੰਪਲੀਟ ਹੁਆ ਨਹੀਂ ਹੈ, ਔਡ ਸਮੈਸਟਰ ਚੱਲ ਰਿਹਾ ਹੈ ਹਮਾਰਾ, ਕਿਸੀ ਕਾ 5th ਚੱਲ ਰਿਹਾ ਹੈ, ਕਿਸੀ ਕਾ 3rd ਚੱਲ ਰਿਹਾ ਹੈ, ਕਿਸੀ ਕਾ 7th ਚੱਲ ਰਿਹਾ ਹੈ। ਤੋ ਸਰ ਹਮਾਰਾ ਇਹ ਵੀ ਕਹਿਣਾ ਹੈ ਕਿ ਐਟਲੀਸਟ ਅਗਰ ਇਤਨਾ ਜ਼ਿਆਦਾ ਇਹ ਹੈ, ਅਗਰ ਆਪਕੋ ਤੁਰੰਤ ਡਿਸੀਜ਼ਨ ਲੈਣਾ ਹੈ ਤੋ ਐਟਲੀਸਟ ਆਪ ਸੈਸ਼ਨ ਕੰਪਲੀਟ ਹੋਣੇ ਕੇ ਬਾਅਦ ਲੈ ਸਕਤੇ ਹੈ ਇਹ ਡਿਸੀਜ਼ਨ। ਪੰਜਾਬ ਸਰਕਾਰ ਵੱਲੋਂ ਜੋ ਸਾਡੇ ਇਲਾਕੇ ਦਾ ਇੱਕੋ ਇੱਕ ਕਾਲਜ ਸੀਗਾ ਡਿਗਰੀ ਅਤੇ ਡਿਪਲੋਮੇ ਦਾ, ਉਹਨੂੰ ਬੰਦ ਕੀਤਾ ਜਾ ਰਿਹਾ। ਪਹਿਲਾਂ ਇਹ ਅਫਵਾਹਾਂ ਸੀ ਅੱਜ ਤੱਕ, ਪਰ ਕੱਲ੍ਹ ਸਟੂਡੈਂਟ ਜਿਹੜੇ ਮੇਰੇ ਕੋਲ ਆਏ ਸੀ ਮੇਰੇ ਦਫ਼ਤਰ ਦੇ ਵਿੱਚ, ਇਹ ਡਿਮਾਂਡ ਮੇਰੇ ਤੋਂ ਇੱਕ ਆਸ ਲੈ ਕੇ ਵੀ ਜਿਹੜਾ ਸਾਡਾ ਕਾਲਜ ਹੈ ਇਹ ਬੰਦ ਨਾ ਹੋਵੇ, ਕਿਉਂਕਿ ਅਸੀਂ ਫਾਈਨਲ ਈਅਰ ਦੇ 3rd ਈਅਰ ਦੇ ਸਟੂਡੈਂਟ ਹਾਂ। ਅਗਰ ਸਾਨੂੰ ਮਾਈਗ੍ਰੇਟ ਕੀਤਾ ਜਾਂਦਾ ਜੋ ਸਾਡੇ ਲੋਨ ਲਿਆ ਉਹ ਵੀ ਭਰਨਾ ਮੁਸ਼ਕਿਲ ਹੋ ਜੂਗਾ, ਸਰਕਾਰ ਵੱਲੋਂ ਅੱਗੇ ਤੋਂ ਲੋਨ ਨਹੀਂ ਮਿਲਣਾ,
ਜੋ ਸਾਡੀ ਡਿਗਰੀ ਹੈ ਉਹ ਵੀ ਪੂਰੀ ਪਰਫੈਕਟ ਨਹੀਂ ਹੋਊਗੀ। ਮੈਂ ਵੀ ਇਹ ਚਾਹੁੰਦਾ ਸੀ ਵੀ ਸਾਡੇ ਇਲਾਕੇ ਦੇ ਫਿਊਚਰ ਨੂੰ ਦੇਖਦੇ ਹੋਏ, ਸਾਡੇ ਇਲਾਕੇ ਦੀ ਤਰੱਕੀ ਨੂੰ ਦੇਖਦੇ ਹੋਏ, ਇਹਨਾਂ ਬੱਚਿਆਂ ਦੇ ਫਿਊਚਰ ਨੂੰ ਦੇਖਦੇ ਹੋਏ, ਸਾਡੇ ਮੁਲਾਜ਼ਮਾਂ ਦੇ ਫਿਊਚਰ ਨੂੰ ਦੇਖਦੇ ਹੋਏ ਇਹ ਕਾਲਜ ਪੰਜਾਬ ਸਰਕਾਰ ਬੰਦ ਨਾ ਕਰੇ। ਪਰ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਇਹ ਧੱਕੇ ਨਾਲ ਇਹ ਕਾਲਜ ਨੂੰ ਬੰਦ ਕਰਨ ਜਾ ਰਹੀ ਹੈ, ਜਿਹਦਾ ਇਹਨੂੰ ਕੋਈ ਹੱਕ ਨਹੀਂ ਹੈਗਾ। ਮੈਂ ਕੱਲ੍ਹ ਜਿਹੜੇ ਸਟੂਡੈਂਟ ਮੇਰੇ ਕੋਲ ਆਏ ਸੀ ਮੈਂ ਉਹਨਾਂ ਨੂੰ ਵਾਅਦਾ ਕੀਤਾ ਸੀ ਵੀ ਤੁਹਾਡੇ ਨਾਲ ਮੈਂ ਪਿੱਛੇ ਨਹੀਂ ਲੱਗਦਾ, ਅੱਗੇ ਲੱਗ ਕੇ ਚੱਲੂੰਗਾ। ਪਰ ਤੁਸੀਂ ਆਪਦਾ ਹੱਕ ਲੈਣ ਵਾਸਤੇ, ਇਹ ਭਾਰਤ ਹੈ, ਭਾਰਤ ਵਿੱਚ ਹੱਕ ਲੈਣ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ। ਇਹਨਾਂ ਸਟੂਡੈਂਟਸ ਨੇ ਅੱਜ ਇਹ ਧਰਨਾ ਦਿੱਤਾ, ਸੰਕੇਤਿਕ ਧਰਨਾ। ਮੈਨੂੰ ਇਹਨਾਂ ਦੀ ਬੜੀ ਵਧੀਆ ਗੱਲ ਲੱਗੀ, ਬੜੀ ਲਿਖੀ ਲੋਪੀ ਵਾਲੀ ਗੱਲ ਲੱਗੀ ਵੀ ਅਸੀਂ ਆਮ ਜਨਤਾ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ, ਕੋਈ ਦਿੱਕਤ ਨਹੀਂ ਦੇਣਾ ਚਾਹੁੰਦੇ। ਅੱਜ ਇਹ ਧਰਨਾ ਸਿਰਫ 10 ਮਿੰਟ ਵਾਸਤੇ ਲਾਇਆ ਗਿਆ, ਉਸ ਦੇ ਵਿੱਚ ਮੈਂ ਵੀ ਆਇਆ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਸਟੂਡੈਂਟ ਨੂੰ ਵਧਾਈ ਦਿੰਦਾ ਕਿ ਇਹ ਇਕੱਠੇ ਹੋਏ ਨੇ ਆਪਣੀ ਮੰਗਾਂ ਵਾਸਤੇ। ਦੂਜਾ ਮੈਂ ਇਹਨਾਂ ਨਾਲ ਵਾਅਦਾ ਕਰਦਾ ਵੀ ਇਹਨਾਂ ਨਾਲ ਮੋਢਾ ਲਾ ਕੇ ਚੱਲੂੰਗਾ ਜਿੱਥੇ ਤੱਕ ਵੀ ਹੋ ਸਕਿਆ। ਸਾਡੇ ਹਲਕੇ ਦੇ MLA ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦੀ ਮੰਗ ਨੂੰ ਦੇਖਦੇ ਹੋਏ ਉਹ ਇਹਨਾਂ ਦੇ ਵਿੱਚ ਆਉਣ। ਮੈਂ ਇੱਥੇ ਐਲਾਨ ਕਰਦਾ ਕਿਉਂਕਿ ਮੈਂ ਪਰਮਿੰਦਰ ਸਿੰਘ ਢੀਂਡਸਾ ਨਾਲ ਚੱਲਦਾ ਰਿਹਾ। ਮੈਂ ਇੱਥੇ ਓਪਨਲੀ ਐਲਾਨ ਕਰਦਾ ਜੇ ਉਹਨਾਂ ਨੇ ਸਾਥ ਨਾ ਦਿੱਤਾ ਮੈਂ ਕਿਸੇ ਬੰਦੇ ਨਾਲ ਚੱਲੂੰਗਾ, ਇਹਨਾਂ ਦੇ ਨਾਲ ਚੱਲੂੰਗਾ, ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਨੁਮਾਇੰਦਾ ਉਹਦੇ ਅਗੇਂਸਟ ਚੱਲੂੰਗਾ। ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਬੱਚਿਆਂ ਦਾ ਫਿਊਚਰ ਖਰਾਬ ਨਾ ਕੀਤਾ ਜਾਵੇ, ਇਸ ਕਾਲਜ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇ। ਸਰ ਅੱਜ ਜਿਹੜਾ ਬੱਚਿਆਂ ਨੇ ਰੋਡ ਜਾਮ ਕਰਿਆ ਸੀ 15 ਮਿੰਟ ਲਈ, ਕੀ ਕਾਰਨ ਕੀ ਹੈ? ਸਰ ਉਹਦਾ ਮੇਨ ਕਾਰਨ ਹੈ ਕਿ ਕੁਛ ਦਿਨ ਪਹਿਲਾਂ ਸਾਡੀ BOG ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਕਾਲਜ 'ਚੋਂ ਜਿੰਨੇ ਸਟੂਡੈਂਟਸ ਉਹਨਾਂ ਨੂੰ ਦੂਸਰੇ ਕਾਲਜ 'ਚ ਮਾਈਗ੍ਰੇਟ ਕਰਨ ਬਾਰੇ ਕਿਹਾ ਗਿਆ ਸੀਗਾ, ਅਤੇ ਕੱਲ੍ਹ ਸ਼ਾਮ ਨੂੰ ਪ੍ਰਿੰਸੀਪਲ ਸਾਹਿਬ ਦੁਆਰਾ ਇਹਦੇ ਨੋਟਿਸ ਲਗਾਇਆ ਗਿਆ ਵੈਬਸਾਈਟ 'ਤੇ। ਅਤੇ ਉਦੋਂ ਦੇਖ ਕੇ ਬੱਚਿਆਂ ਨੇ ਆਪਦਾ ਪ੍ਰੋਟੈਸਟ ਪੁੱਟ ਕੀਤਾ ਵੀ ਅਸੀਂ ਇੱਥੋਂ ਨਹੀਂ ਜਾਣਾ ਚਾਹੁੰਦੇ। ਜੋ ਵੀ ਪ੍ਰੋਬਲਮ ਸੀਗੀਆਂ ਬੱਚਿਆਂ ਦੀਆਂ ਉਹਨਾਂ ਦੀ ਧਿਆਨ ਵਿੱਚ ਲੈਂਦੇ ਗਏ ਨੇ। ਉਹ ਪ੍ਰੋਬਲਮਸ ਨੂੰ ਦੇਖਦੇ ਹੋਏ ਅੱਜ ਪ੍ਰਿੰਸੀਪਲ ਸਰ, ਮੰਤਰੀ ਸਰ ਤੋਂ ਟਾਈਮ ਲਿਆ, ਉਹਨਾਂ ਨੇ ਡਿਸਕਸ ਕਰਕੇ ਜੋ ਵੀ ਉਹਨਾਂ ਦਾ ਫਾਈਨਲ ਹੋਏਗਾ ਡਿਸੀਜਨ ਉਹਨੂੰ ਸ਼ਾਮ ਤੱਕ ਜਾਂ ਕੱਲ੍ਹ ਪ੍ਰਿੰਸੀਪਲ ਸਰ ਆ ਕੇ ਬੱਚਿਆਂ ਨੂੰ ਦੱਸ ਦੇਣਗੇ, ਉਹ ਦੇਖਦੇ ਹੋਏ।